पता नहीं कितने वड़ के बैठी अज सवेर दी नहीं रड़की, कल तो बड़िया गल्लां करदी फिरदी सी, ना ना ओह लभी इहदी सवेर दी ना ये लभी आ, पता नहीं कितने बड़ी आ, मैं सारे काम कर लैन लगी डेयरी काम कर। आहो मैं तो वह वेखन डी पता नहीं कितने चल गई, कितने तस्वीर दी कपड़े कुपड़े बड़े खिल रहे थे, मैं वो जोड़न डे पी चने बनाने अज आ मेरा तो चने पेन नहीं है। अच्छा अच्छा ठीक है, चने भी स्वाद लगते अजकल आहे भी चंगे लगते हैं, आहे चिमली खोल के थोड़ी जी पा लेंगे खट्टे जे पाने स्वाद लगते हैं। रपिंदर नहीं लभन डी वो कितने आ, रपिंदर भी अंदर ही होनी अपने अंदर बैठी हुई है। अच्छा अच्छा हाँ मैं तेन एक गल दसा, आ अपने गुआंढ व्याह नहीं करवाया जस्से दे मुंडे दा, आहो नहीं तेन मैं की दसा लोग तो इना कुछ करते हैं ना, आ दो ट्रालियां दाज दी आईया ही है सुची भैन जी, सगन वाले देनी लै देने वाले दिंदे ही है के जिन्ना नहीं देना नहीं दिंदे, बथेरा दिंदे आ ते हाड़ नाल पैड़ी भी घट ही हो सतवा सही बात है दी, ते कते घर पाता बाहरले बूहियां तक उन्होंने, ते मैं ते अगे वेखण डई हीगी कि लै दस ना मुंडा कुछ करदा ना तुरदा, ते पैड़ी भी हाड़ नाल कितें घट वा ते घर सारा भर गए दाज नाल। चलो भैन जी कोई गल नहीं, धी वाले ने अपना ही वेखना हुंदा वा जिन्ने के जोग उन्ना की करना हुंदा वा, ये तो गल ठीक वा पर मोदा गल दसी आ ਵੀ ਲੋਕੀ ਇਦਾਂ ਨਾ ਕਰ ਲੈਂਦੇ ਆ, ਨਹੀਂ ਕਰਨ ਵਾਲੇ ਤੇ ਕਰਦੇ ਬਥੇਰਾ ਕੁਝ, ਮੈਂ ਤਾਂ ਹੈਰਾਨ ਹੋ ਗਈ ਸੁਣ ਕੇ ਵੀ ਇੰਨਾ ਦਾਜ, ਜਿੱਥੋਂ ਤੂੰ ਬੋਲਣ ਡਈ ਆ ਨਾ ਸਮਝ ਤੇ ਮੈਨੂੰ ਸਾਰੀ ਆਉਣ ਡਈ ਆ, ਗੱਲਾਂ ਤਾਂ ਤੂੰ ਮੈਨੂੰ ਹੀ ਲਾ ਕੇ ਕਰਨ ਡਈ ਆ, ਪਰ ਹੁਣ ਕਰ ਕੇ ਸਕਨੇ ਆ ਜੇ ਉਹਨਾਂ ਨੇ ਨਹੀਂ ਦਿੱਤਾ ਤੇ ਉਹਨਾਂ ਨਾਲ ਲੜਨਾ ਥੋੜਾ ਵਾ, ਇੱਕ ਗੱਲ ਤੇ ਇਹਦੀ ਵੀ ਠੀਕ ਆ ਸਾਡੇ ਮੁੰਡੇ ਨੂੰ ਪੈੜੀ ਤੇ ਵੱਧ ਆਉਂਦੀ ਸੀ ਨਾ, ਪਰ ਉਹਨਾਂ ਨੇ ਕੁਝ ਸੋਚਿਆ ਹੀ ਨਹੀਂ। ਰਮਨ ਹਾਂਜੀ ਕੀ ਸੋਚਣ ਡਈ ਆ? ਨਹੀਂ ਨਹੀਂ ਕੋਈ ਨਹੀਂ ਸੋਚਣ ਡਈ, ਉਦਾਂ ਹੀ ਚਲੋ ਕਰੋ ਤੁਸੀਂ ਕੰਮ, ਮੈਂ ਵੀ ਅੰਦਰ ਜਾ ਕੇ ਵੇਖ ਲਾਂਗੀ ਕੰਮ। ਜੋ ਤੂੰ ਸੋਚਣ ਡਈ ਆ ਨਾ ਮੈਨੂੰ ਸਾਰਾ ਪਤਾ ਵਾ, ਹੁਣ ਤੇਰੇ ਦਿਮਾਗ 'ਚ ਜਿਹੜੀ ਸੋਚ ਵੜ ਗਈ ਆ ਨਾ ਇਹ ਨਿਕਲਣੀ ਨਹੀਂ ਛੇਤੀ, ਹੁਣ ਇਹ ਮੈਂ ਸਭ ਕੁਝ ਜਾਣਨੀ ਆ। ਕੁੜੇ ਤੂੰ ਵਿਹਲੀ ਹੋ ਕੇ ਬਹਿ ਵੀ ਗਈ ਆ, ਬਾਹਰ ਦੇ ਕੰਮ ਧੰਦਾ ਹੀ ਵੇਖ ਲੈਣਾ ਸੀ। ਮੰਮੀ ਮੈਂ ਸਾਰਾ ਕੰਮ ਕਰ ਲਿਆ ਆ, ਨਾਲੇ ਜਦੋਂ ਕੰਮ ਕਰਨੀ ਤੁਸੀਂ ਆਪੇ ਤੇ ਕਹਿੰਦੇ ਸੀ ਕਿ ਨਾ ਕੰਮ ਕਰ ਥੱਕ ਜਾਏਗੀ ਤੂੰ, ਮੈਂ ਤਾਂ ਕਹਿਣਾ ਸੀ ਵੀ ਨਾ ਕਰ, ਪਰ ਤੂੰ ਆਪ ਵੀ ਵੇਖ ਲਿਆ ਕਰ ਹੁਣ ਕਿਹੜੀ ਤੂੰ ਪ੍ਰਾਹੁਣੀ ਆਈ ਆ, ਘਰ ਵਾਲੀ ਆ, ਕੱਪੜਾ ਜਿਹੜਾ ਵੇਖ ਕਿੰਨਾ ਖਿਲ ਰਿਹਾ ਵਾ ਤੈ ਹੀ ਲਾ ਲਈ ਜਦੋਂ। ਕੋਈ ਨੀ ਮੰਮੀ ਵੇਖ ਲੈਂਦੀ ਜਿਹੜਾ ਕਰਨ ਵਾਲਾ, ਮੈਂ ਕਰਦੀ ਨੀ ਦੱਸ ਦੋ ਮੈਨੂੰ। ਆਹੋ ਕੱਪੜੇ ਦੀ ਤੈ ਲਾ, ਤਾਈ ਤੇਰੀ ਕੀ ਕਹੂਗੀ ਵੀ ਟਾਈਮ ਦੇ ਨਾਲ ਹੀ ਅੰਦਰ ਵੜ ਗਈ ਆ, ਏਦਾਂ ਨੀ ਕਰੀਦਾ ਹੁਣ, ਦੱਸ ਸਹੁਰੇ ਘਰ ਆਈ ਆ ਹੁਣ ਵੇਖ ਕੇ ਨੀ ਬੈਠੀ। ਨਹੀਂ ਮੰਮੀ ਮੈਂ ਕਰ ਲੈਂਦੀ ਹਾਂ। ਹਾਂ ਤੂੰ ਹੋਈ ਮੰਮੀ ਵਾਲੀ, ਚੱਲ ਕੋਈ ਨੀ ਹੋਈ ਜਾਂਦਾ ਕਿਸੇ ਵੇਲੇ, ਕੰਮ ਤਾਂ ਵੇਖ ਮੈਂ ਸਾਰਾ ਹੀ ਕਰ ਲਿਆ ਸੀ, ਚੱਲ ਵੇਖ ਲੈਂਦੀ ਹਾਂ ਇੱਕ ਵਾਰ। ਰਪਿੰਦਰ ਲਿਆ ਯਾਰ ਚਾਹ ਘੁੱਟ ਬਣਾਈ ਆ ਦੇ। ਹਾਂਜੀ ਆ ਗਈ ਆ, ਆ ਲਓ ਚਾਹ। ਤੇ ਕਿੱਥੋਂ ਆਏ ਆ ਤੁਸੀਂ? ਇੱਥੇ ਖਲੋਤਾ ਤੇ ਮੈਂ ਮੁੰਡਿਆਂ ਲੱਗ ਗਈ। ਤੇ ਮੁੰਡਿਆਂ ਲੱਗ ਗਈ ਤੇ ਜੋ ਤੁਹਾਨੂੰ ਡੈਡੀ ਨੇ ਆਖਿਆ ਕਿੰਨੀ ਵਾਰ ਵੀ ਨਾ ਬਾਹਰ ਫਿਰਿਆ ਕਰੋ ਤੇ ਫਿਰ ਕਿਉਂ ਜਾਂਦੇ ਆ ਤੁਸੀਂ? ਉਹ ਡੈਡੀ ਇਦਾਂ ਕਰਦਾ ਰਹਿੰਦਾ, ਉਹ ਜਿਹੜਾ ਟੈਨਸ਼ਨ ਲਿਆ ਉਹ ਕਰਦਾ ਰਹਿੰਦਾ, ਫਿਰ ਵੀ ਸਿਆਣਾ ਬੰਦਾ ਜੇ ਕੋਈ ਚੰਗੀ ਗੱਲ ਦੱਸਦਾ ਹੁੰਦਾ ਨਾ ਉਹ ਤੇ ਅਮਲ ਕਰ ਲਈਦਾ। ਉਹ ਵੀ ਯਾਰ ਪਹਿਲਾਂ ਦੇ ਘਰ ਦੇ ਕਹਿੰਦੇ ਸੀ, ਹੁਣ ਤੂੰ ਹੀ ਮੈਨੂੰ ਕਹਿਣ ਡਿਆ ਵਾ। ਫਿਰ ਕੀ ਕਹਿਣ ਲੱਗ ਪਈ ਦੇ, ਕੋਈ ਚੰਗੀ ਗੱਲ ਵੱਲੋਂ ਹੀ ਕਹਿੰਦਾ, ਮਾੜੀ ਨਹੀਂ ਨਾ ਕਹਿਣ ਦਿਆ। ਤੇ ਇੱਥੇ ਖਲੋਤਾ ਸੀ ਮੈਂ, ਕਿਹੜਾ ਕੋਈ ਅੰਬਲ ਖਾ ਕੇ ਆ ਗਿਆ ਮੈਂ ਬਾਹਰੋਂ ਯਾਰ, ਐਵੇਂ ਹੋ ਕਰ ਤੇ ਰੋਟੀ ਬਣਾਈ ਹੈ ਮੈਨੂੰ ਦੱਸ। ਲੈ ਪਹਿਲਾਂ ਤੁਸੀਂ ਚਾਹ ਵੱਲੋਂ ਕਹਿਣ ਦੇ ਤੇ ਮੈਂ ਚਾਹ ਬਣਾ ਦਿੱਤੀ ਆ, ਹੁਣ ਤੁਸੀਂ ਰੋਟੀ ਦਾ ਸੁਣਾ ਦੇਣ ਲੱਗ ਪਏ ਆ। ਚਾਹ ਵੀ ਮੈਂ ਪੀ ਲੈਂਦਾ, ਮੈਂ ਕਹਿਣ ਦੇ ਵੀ ਰੋਟੀ ਬਣੀ ਆ ਉਦਾਂ। ਪਤਾ ਨਹੀਂ ਤੁਹਾਨੂੰ ਸਾਰੇ ਟੱਬਰ ਨੂੰ ਕੀ ਹੋਇਆ ਆ, ਮੰਮੀ ਆ ਉਹ ਵਾਹ ਖਿਜੀ ਜਾਂਦੀ ਹੁਣ ਉੱਪਰ ਤੁਸੀਂ ਵੀ ਆਣ ਕੇ ਡੈ ਪਏ ਆ। ਮੈਂ ਵੀ ਕੋਈ ਨਹੀਂ ਕਹਿ ਦਿੰਦਾ, ਮੈਂ ਕੀ ਕਿਹਾ ਮੰਮੀ ਨੇ ਕਹਿਤਾ। ਮੰਮੀ ਨੇ ਕੀ ਕਹਿਣਾ ਆ, ਚੰਗਾ ਭਲਾ ਮੈਂ ਸਾਰਾ ਕੰਮ ਕੀਤਾ ਸਾਫ਼ ਸਫਾਈ ਦਾ, ਤੇ ਮੈਂ ਕੱਪੜੇ ਕੁਪੜੇ ਫਿਰ ਜੋੜਨ ਵਾਲੇ ਸੀ ਕੋਈ, ਤੇ ਮੈਨੂੰ ਆ ਗਿਆ ਤੂੰ ਇੱਥੇ ਵਿਹਲੀ ਬੈਠੀ ਆ ਕੰਮ ਕਰਾ ਦੇ ਇਹ ਕੋਈ, ਨਾਲੇ ਆਪੇ ਮੈਨੂੰ ਕਹਿੰਦੇ ਵੀ ਭਾਰਾ ਹੋਲਾ ਕੰਮ ਨਾ ਕਰੀ, ਮੈਂ ਤਾਂ ਕਰਕੇ ਬਹਿ ਗਈ ਤੇ ਮੈਂ ਕਰ ਹੀ ਲੈਣਾ ਸੀ ਨਾਲੇ, ਤੇ ਬੜਾ ਐਵੇਂ ਗੁੱਸੇ ਜਿਹਦੇ ਨਾਲ ਬੋਲ ਕੇ ਗਈ ਮੈਨੂੰ। ਓਏ ਉਹ ਕਿਤੇ ਡੈਡੀ ਨੇ ਕੋ ਕਹਿ ਤਾ ਹੋਣਾ ਤਾਂ ਗੁੱਸੇ ਜਿਹੀ ਹੋਣੀ ਆ, ਪਰ ਨਹੀਂ ਫਿਰ ਵੀ ਇਦਾਂ ਨਹੀਂ ਨਾ ਬੋਲਣਾ ਚਾਹੀਦਾ, ਹਲੇ ਨਵਾਂ ਸਮਾਂ ਕੰਮ ਹੋਆ। ਚੱਲ ਕੋਈ ਗੱਲ ਨਹੀਂ ਮੈਂ ਸਮਝਾਉਂਗਾ। ਲੈ ਰਵਿੰਦਰ ਚਾਹ ਦੀ ਮੈਂ ਲਈ ਆ ਪੀ, ਆਹ ਕੱਪ ਲੈ ਜਾ ਤੇ ਮੈਂ ਘੜੀ ਲੰਮੇ ਪਾ ਲੈਣ, ਤੇ ਤੂੰ ਲੈ ਆ ਰੋਟੀ ਪਾਣੀ ਕੋਈ ਕਰ ਲਾ। ਆਹ ਰੋਟੀ ਪਿੰਡ ਨੰਬਰ ਲੈ ਲੈ, ਮਾਤਾ ਜੀ ਕੋ ਕਹਿ ਦੇ ਨਹੀਂ ਦੀ ਤੇ ਗੁੱਸਾ ਨਾ ਕਰੇਗਾ। ਨਹੀਂ ਨਹੀਂ ਮੈਂ ਗੁੱਸਾ ਕਿਹੜੀ ਗੱਲੋਂ ਕਰਨਾ, ਤੂੰ ਵੈਸੇ ਤੁਹਾਨੂੰ ਦੱਸਣਦੀ ਸੀ ਕਿ ਇਦਾਂ ਕਰਕੇ ਬੋਲਣ ਦੇ ਸੀ, ਪਤਾ ਪੁਰਾਣੀਆਂ ਬੁੜੀਆਂ ਨੂੰ ਆਦਤ ਹੁੰਦੀ ਆ ਬੋਲਣ ਦੀ। ਨਹੀਂ ਨਹੀਂ ਮੈਨੂੰ ਕੀ ਲੋੜ ਆ ਕਿ ਚੱਲ ਪੈ ਜਾ ਫਿਰ ਲੰਮੇ ਦੀ, ਤੂੰ ਜਾ ਮੈਂ ਰੋਟੀ ਪਕਾਉਣੀ ਆ ਤੇ ਵਾਜ ਦਿੱਤੀ ਆ। ਚੰਗਾ ਮਾਤਾ ਜੀ ਵੀ ਹੋ ਗਿਆ ਅੱਗੇ ਪਿਛਾ ਤੇ ਮਾਤਾ ਵੱਲੋਂ ਕਿਹਾ ਨਹੀਂ ਕਿਤੇ ਕੋਈ, ਹੋ ਸਕਦਾ ਡੈਡੀ ਨਾਲ ਗੱਲਬਾਤ ਹੋਈ ਹੋਈ ਤਾਂ ਠੀਕ ਹੀ ਹੋਏ। ਚੱਲ ਕੋਈ ਗੱਲ ਨਹੀਂ। ਜਾਂਦਾ ਲਵਲੀ ਨਾ ਸੱਚ ਹੀ ਕਹਿਣ ਦਿਆ ਸੀ,
ਵੈਰੀ ਨਾ ਅੰਮੀ ਦਾ ਮੂਡ ਖਰਾਬ ਹੋਇਆ ਹੋਣਾ, ਸ਼ਾਇਦ ਕੋਈ ਡੈਡੀ ਨੂੰ ਕੋਈ ਗੱਲ ਕੀਤੀ ਹੋਵੇ। ਓਦਾਂ ਉਹਨਾਂ ਨੂੰ ਕੀ ਬਣਾ ਚੱਲ ਨੈਗੀ, ਅੱਜ ਤੱਕ ਤਾਂ ਕੋਈ ਗੱਲ ਕੀਤੀ ਨਹੀਂ ਮੇਰੇ ਨਾਲ। ਚੱਲ ਇੱਦਾਂ ਕਰਦੀ ਹਾਂ ਕਿ ਮੰਮੀ ਦੇ ਨਾਲ ਲੱਗੇ ਜਾਏ, ਕੋਈ ਗੱਲਬਾਤ ਕਰਨੀ ਹੈ। ਪੰਜਾਬਾਂ ਬਾਹਰੇ ਬੈਠੇ ਆ, ਕੋਈ ਗੱਲ ਕਰਦੀ ਤਾਂ ਆਪਣੇ ਮੂਡ ਸਹੀ ਹੋਏ ਨਾ ਉਹਨਾਂ ਦਾ। ਭਾਂਡੇ ਆਣ ਕੇ ਸਾਫ਼ ਕਰ ਦਿੰਦੇ। ਸਗਨ ਵਾਲੇ ਦਿਨ ਹੀ ਦੋ ਟਰਾਲੀਆਂ ਦਾਜ ਦੀਆਂ ਭਰ ਕੇ ਆਈਆਂ। ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਉਹਨਾਂ ਨੇ ਕੁਛ ਨੀ ਦੇਣਾ। ਹੈ ਤੇ ਤੁਹਾਡੀ ਗੱਲ ਠੀਕ ਆ, ਪਰ ਅਸੀਂ ਵੀ ਚਲੋ ਕਿਹਾ ਸੀ ਤੇ ਧੀ ਵਾਲੇ ਮਾੜਾ ਮੋਟਾ ਤੇ ਕਰਦੇ ਹੀ ਆ ਨਾ। ਉਹਦਾ ਚਾਚਾ ਇੰਨੇ ਜੋਗਾ ਵੀ ਹੈ ਨਹੀਂ ਸੀ। ਸਾਡੇ ਮੁੰਡੇ ਨੂੰ ਚੰਗੀ ਜ਼ਮੀਨ ਆਉਣ ਡਈ ਆ, ਉਹਦੇ ਮੁੰਡੇ ਨੂੰ ਤਾਂ 2 ਕਿੱਲੇ ਜ਼ਮੀਨ ਆਉਂਦੀ ਆ, ਤਾਂ ਵੀ ਵੇਖੋ ਕਿੰਨਾ ਸਮਾਨ ਵਧਾਇਆ ਵਾ। ਨਹੀਂ ਬੇਟਾ, ਮੈਂ ਤੇਰੇ ਨਾਲ ਗੱਲ ਪਹਿਲਾਂ ਹੀ ਖੋਲ ਲਈ ਕਿ ਉਹਨਾਂ ਨੇ ਕੁਛ ਨਹੀਂ ਉਹ ਦੇਣਾ ਤੇ ਕੁੜੀ ਕੁੜੀ ਆ, ਕੁੜੀ ਚੰਗੀ ਰਹੂਗੀ। ਦੀਦੀ ਉਹਨਾਂ ਤੇ ਵਿਆਹ ਵੀ ਨਹੀਂ ਕੀਤਾ, ਜੇ ਵਿਆਹ ਕਰਦੇ ਤਾਂ ਕਿੰਨਾ ਖਰਚਾ ਪੈਲਸ ਤੇ ਆਉਂਦਾ ਵਾ। ਏਦਾਂ ਹੀ ਉਹਨਾਂ ਚੁੰਨੀ ਚੜਾਵਾ ਕਰਕੇ ਹੀ ਤੋਰਤਾ ਤੇ ਨਾ ਕੰਨਾਂ ਨੂੰ ਕੱਜਿਆ, ਅੰਤਰਾ ਕੰਨਾਂ 'ਚ ਵੀ ਕੱਖ ਨਹੀਂ ਉਹਦੇ 'ਚ ਪਾਇਆ। ਹੱਦ ਹੋ ਗਈ ਲੋਕਾਂ ਵਾਲੀ। ਤਾਈ ਜੀ, ਜੇ ਇਹਦੇ ਭਰਾ ਨੂੰ 2 ਕਿੱਲੇ ਪੈਲੀ ਦੇ ਆਉਂਦੇ ਸੀ ਤੇ ਚਾਚੇ ਨੂੰ ਕਿੰਨਾ ਚਿਰ ਹੋ ਗਿਆ 2 ਕਿੱਲੇ ਵਾਹੁੰਦਿਆਂ ਨੂੰ। ਜੇ ਠੇਕਾ ਵੀ ਲਾਉਂਦਾ ਤੇ ਕਿੰਨੇ ਪੈਸੇ ਬਣ ਜਾਣੇ ਸੀਗੇ। ਉਹ ਤੇ ਬਿਲਕੁਲ ਹੀ ਹੱਦ ਹੋ ਗਈ ਲੋਕਾਂ ਵਾਲੀ। ਬਣ ਤੇ ਬੇਟਾ ਇੱਦਾਂ ਹੀ ਜਾਣਾ ਵਾ, ਪਰ ਥੋੜਾ ਘਟਮਾਨ ਸੋਚ ਵੀ ਇਹ ਵੀ ਜਪਾਨ ਹੁੰਦੀ ਹੈ, ਜਦੋਂ ਗੱਲ ਕਰ ਲਈਏ ਤੇ ਉਹ ਗੱਲ ਤੇ ਚੱਲਣਾ ਪੈਂਦਾ। ਤਾਈ ਜੀ ਇਹ ਥੋੜਾ ਵਾ, ਲੋਕੀ ਕਰਦੇ ਹੀ ਆ ਜਿਨ੍ਹਾਂ ਨੇ ਕਰਨਾ ਵਾ। ਤੁਸੀਂ ਵੇਖੋ ਤਾਂ ਸਹੀ, ਗਵਾਂਢ ਕੱਖ ਵੀ ਨਹੀਂ ਮੁੰਡਾ ਕਰਦਾ ਤੇ ਮੁੰਡਾ ਹੈ ਵੀ ਕੀ ਆ, ਕਿਸੇ ਕੰਮ ਦਾ ਨਹੀਂ ਗਾ ਤੇ ਕਿੰਨਾ ਸਮਾਨ ਉਹਦਾ ਆਇਆ ਵਾ। ਬੇਟਾ ਮੈਂ ਤਾਂ ਪਹਿਲਾਂ ਹੀ ਸਭ ਕੁਝ ਤੁਹਾਨੂੰ ਸਮਝਾ ਲਿਆ ਸੀ ਤੇ ਹੁਣ ਉਹਨਾਂ ਨੂੰ ਮੈਂ ਕੀ ਕਹਿ ਸਕਦੀ ਹਾਂ। ਚਲੋ ਉਹ ਤਾਂ ਗੱਲ ਠੀਕ ਵਾ ਹੁਣ, ਪਰ ਜਦੋਂ ਕੋਈ ਇੱਦਾਂ ਗੱਲ ਜੀ ਕਰ ਜਾਂਦਾ ਨਾ ਮੇਰੇ ਲਾਗੇ ਤੇ ਮੇਰਾ ਮਨ ਜਿਹਾ ਦੁਖੀ ਹੋ ਜਾਂਦਾ ਵਾ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਆ। ਜੇ ਕੁਝ ਸਮਾਨ ਆ ਜਾਂਦਾ ਤੇ ਫਿਰ ਤੂੰ ਕੀ ਕਰ ਲੈਣਾ ਸੀ? ਇਹ ਮੈਨੂੰ ਦੱਸ ਕੁੜੀ ਕੰਮ ਕਰਦੀ ਆ ਕਿ ਜਾਂ ਨਹੀਂ ਕਰਦੀ? ਨਹੀਂ ਤਾਈ ਜੀ, ਕੰਮ ਤਾਂ ਸਾਰਾ ਲਈ ਫਿਰਦੀ ਆ, ਕਰਦੀ ਆ ਕੰਮ ਤੇ। ਤੇ ਕੱਲ ਕੋਈ ਨਹੀਂ ਫਿਰ ਕੰਮ ਕਰਦੀ ਆ ਤੇ ਤੈਨੂੰ ਹੋਰ ਕੀ ਚਾਹੀਦਾ? ਚਲੋ ਉਹ ਤਾਂ ਹੁਣ ਹੈ ਹੀ ਆ, ਜੋ ਆ ਗਿਆ। ਉਧਰੋਂ ਤੇ ਅੱਗੇ ਬੜੀ ਦੁਖੀ ਆ ਪਿੱਛੇ, ਤੇ ਹੁਣ ਇੱਦਾਂ ਦੀਆਂ ਗੱਲਾਂ ਨਾ ਕਰੀ, ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਧੀ ਪੁੱਤ ਨੂੰ ਘਰ ਨਾ ਲਾਈਦਾ ਵਾ। ਚੰਗਾ ਇੱਕ ਤੇ ਆਇਆ ਕੁਛ ਨੀ ਗਾ, ਉੱਤੋਂ ਵੇਖ ਮਾਤਾ ਦੀਆਂ ਗੱਲਾਂ, ਇਹ ਆਪਣੀ ਗੱਲ ਨਾਲ ਲਾਵੀ। ਕਿੱਦਾਂ ਗੱਲ ਨਾਲ ਲਾਣਾ, ਮੈਨੂੰ ਤਾਂ ਉਹੀ ਨਹੀਂ ਚੰਗੀ ਲੱਗਣ ਡਈ। ਇੱਕ ਮੇਰੀ ਜਠਾਣੀ ਆ, ਲਾ ਲਾ ਕੇ ਮੈਨੂੰ ਗੱਲਾਂ ਕਰਦੀ ਆ, ਫਲਾਣੇ ਦੇ ਮੁੰਡੇ ਦਾ ਇੰਨਾ ਸਮਾਨ ਆਇਆ, ਉਹਦੇ ਮੁੰਡੇ ਦਾ ਆਹ ਆਇਆ, ਫਿਰ ਮੇਰੇ ਮਨ ਨੂੰ ਦੁੱਖ ਨਹੀਂ ਲੱਗਦਾ? ਕੀ ਕਰਾਂ ਮੈਂ ਉਹਨੂੰ, ਗਾੜੀ ਕੀ ਜਵਾਬ ਦੇਵਾਂ? ਹੱਦ ਹੋ ਗਈ ਦੁਨੀਆਂ ਵਾਲੀ ਵੀ। ਚਾਚੇ ਦੇ ਸਾਰੇ ਕੰਮ ਕੀਤੇ ਆ, ਕਿੱਦਾਂ ਠੇਕਾ ਠੁਕਾ ਦਿੰਦਾ ਵਾ ਤੁਹਾਨੂੰ, ਬਿਲਕੁਲ ਹੀ ਕੁਛ ਨੀ ਕੀਤਾ। ਮੇਰੀ ਜੀਵਨ ਗੱਲ ਸੁਣ, ਜਿੱਦਣ ਇਹਨੇ ਰਿਸ਼ਤਾ ਕੀਤਾ ਵਾ, ਸਭ ਨੂੰ ਪੁੱਛ ਪੱਛ ਕੇ ਕੀਤਾ ਨਾ, ਇਹਨੂੰ ਕਿਹੜਾ ਕਿਸੇ ਗੱਲ ਦਾ ਭੁਲੇਖਾ ਵੀ ਉਹਦੀ ਪੈਲੀ ਕਿੰਨੀ ਤੇ ਆਹ ਕਿੰਨੀ? ਇਹ ਉਦੋਂ ਕਹਿੰਦੀ ਮੇਰੇ ਕੋਲ ਸਭ ਕੁਝ ਹੈਗਾ, ਮੈਨੂੰ ਕਿਸੇ ਗੱਲ ਦੀ ਲੋੜ ਨੀ, ਮੈਨੂੰ ਸਿਰਫ ਕੁੜੀ ਕੁੜੀ ਚਾਹੀਦੀ, ਤੇਰੇ ਹੁੰਦਾ ਹੀ ਤੇ ਗੱਲਾਂ ਕਰਦੇ ਰਹੀ। ਤੇ ਹੁਣ ਇਹੋ ਤੇ ਗੱਲਾਂ ਵਾ, ਹੁਣ ਜਦੋਂ ਦੂਜਿਆਂ ਦਾ ਦਾਜ ਆਉਂਦਾ ਵਾ ਨਾ, ਇਹਦੇ ਕੋਲ ਜਰਿਆ ਨਹੀਂ ਜਾਂਦਾ ਹੁਣ, ਤੇ ਹੁਣ ਇਹੋ ਚਾਹੁੰਦੀ ਆ ਵੀ ਮੇਰੇ ਘਰ ਨੂੰ ਟਰਾਲੀ ਭਰ ਕੇ ਦਾਜ ਦੀ ਆ ਜਾਏ ਛੇਤੀ ਨਾਲ। ਪਰ ਇਹਨੂੰ ਬੰਦਾ ਪੁੱਛੇ ਵੀ ਇਹਨੂੰ ਕਾਹਦੀ ਕਾਹਲੀ ਪਈ ਸੀ, ਉਦੋਂ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਸਮਾਂ ਖਵਾਲਦੀ ਸੀਗੀ, ਇਹਦਾ ਮੁੰਡਾ ਘੜਾ ਰਿਹਾ ਸੀਗਾ, ਉਹ ਤੇ ਗੱਲ ਸੀ ਤੇ ਆਪੇ ਵਿਆਹਿਆ ਜਾਣਾ ਸੀਗਾ। ਜੇ ਦਾਜ ਹੀ ਲੈਣਾ ਸੀਗਾ ਤੇ ਕਾਹਨੂੰ ਅੱਗ ਫੱਕੀ ਇਹਨੇ ਛੇਤੀ ਛੇਤੀ? ਇਹੋ ਤੇ ਮੈਂ ਗੱਲ ਕਰਨ ਡਿਆ ਵਾਂ ਵੀ ਹੁਣ ਕਾਹਦੀ ਗੱਲ ਕਰਨੀ ਹੈ, ਜੋ ਸਾਰੇ ਕੰਮ ਹੋ ਗਏ ਤੇ ਇਹ ਤੇ ਗੱਲ ਹੈਗੀ, ਵਿਆਹ ਤੋਂ ਪਹਿਲੋਂ ਪਹਿਲੋਂ ਹੀ ਦਾਜ ਦੂਜੀ ਦੀ ਗੱਲ ਜਿਹੜੀ ਵੀ ਕਰਨੀ ਹੈ, ਤੇ ਨਾਲੇ ਇਹਨੂੰ ਸ਼ਰਮ ਨਹੀਂ ਆਉਂਦੀ ਦਾਜ ਮੰਗਦੀ ਨੂੰ? ਕੁੜੀ ਬੜੀ ਚੰਗੀ ਆ, ਉਹ ਤੇ ਗੱਲ ਵਾ, ਕਿੰਨਾ ਸਾਰਾ ਕੋਈ ਕੁੜੀ ਸਾਰਾ ਘਰ ਘਰ ਦਾ ਕੰਮ ਲਈ ਫਿਰਦੀ ਹੈ, ਤੇ ਜੇ ਕੋਈ ਉਹੋ ਜਿਹੀ ਕਪੱਤੀ ਆ ਜਾਂਦੀ ਤੇ ਫਿਰ ਇਹਨੇ ਕੀ ਕਰਨਾ ਸੀ? ਇਹਨੇ ਮੁੜ ਕੇ ਦਾਜ ਨੂੰ ਚੱਟਣਾ, ਤੇ ਜਿਹੜਾ ਦਾਜ ਹੁੰਦੀਆਂ ਵਾ ਉਹ ਕੁੜੀਆਂ ਵੀ ਬੜੀਆਂ ਸੁੱਖ ਨਾਲ ਰਹਿੰਦੀਆਂ ਵਾ, ਉਹ ਤੇ ਗੱਲ ਵਾ, ਲਾਉਣ ਦਿੰਦੀਆਂ ਕਿਸੇ ਚੀਜ਼ ਨੂੰ? ਇਹ ਐਵੇਂ ਪਾਣੀ ਮੁਰਖਤਾ ਹੀ ਸਾਡੇ ਲੋਕਾਂ ਦੀ, ਦਾਜ ਦਾਜ ਦਾਜ। ਮੈਂ ਤਾਂ ਕਹਿੰਦਾ ਨਾ ਲਓ ਤੇ ਨਾ ਲਾਉਂਦਾ,
ਪਰ ਉਹ ਗੱਲ ਆ ਨਾ ਇਹਦੇ ਕੋਲ ਜਰਿਆ ਨਹੀਂ ਜਾਣ ਰਿਹਾ ਵੱਡੀ ਗੱਲ ਇਹ ਜੇ ਇਹਨੇ ਵੇਖ ਲਈ ਨਾ ਇਹ ਮੌਕਾ ਖਜਾ ਲੈਣਾ ਵਾ ਤੇ ਇਹਨੇ ਬਹੁਤ ਦੂਰ ਜਾ ਕੇ ਡਿੱਗਣਾ ਮੁੜ ਕੇ लागे व्याह होया जे दो ट्रालियां आईयां जे भर के दाज दियां ते साडे घर वेख लो कख भी नहीं सब कहे वाले आ किन्नी पैड़ी मुंडे नूं आउण डई आ हद हो गई लोकां वाली ते रमन मेरी गल सुन ਬੀਜੀ ਨੇ ਤੈਨੂੰ ਪਹਿਲਾਂ ਸਾਰੀ ਗੱਲ ਦੱਸੀ ਸੀ ਵੀ ਉਹ ਮਾਤੜ ਬੰਦੇ ਹੀ ਉਹਨਾਂ ਨੂੰ ਦੇਣਾ ਦੇਣਾ ਕੱਖ ਨਹੀਂ ਉਹ ਤੇ ਸਿਰਫ ਕੁੜੀ ਕੁੜੀ ਆ ਉਹਨੂੰ ਹੈ ਹੈ ਇੰਨੇ ਡਿੱਗ ਪਏ ਸੀ ਉਹ ਮਾੜੇ ਤੋਂ ਮਾੜਾ ਬੰਦਾ ਵੀ ਧੀ ਭੈਣ ਨੂੰ ਕੋਈ ਨਾ ਕੋਈ ਦੇ ਕੇ ਫੇਰ ਹੀ ਘਰੋਂ ਤੋਰਦਾ ਵਾ ਉਹਨਾਂ ਦੇ ਕੰਨਾਂ 'ਚ ਵੀ ਕੁਛ ਨਹੀਂ ਪਾਇਆ ਏਦਾਂ ਹੀ ਘਲਾਤੀ ਰਮਨ ਉਹ ਸਾਰੀ ਗੱਲ ਤੂੰ ਪਹਿਲਾਂ ਵੇਖ ਜਾਂਚ ਕੇ ਕਰਨੀ ਨਾ ਉਦੋਂ ਤੋਂ ਕਹੀ ਜਾਂਦੀ ਵੀ ਅਸੀਂ ਲੈਣਾ ਕੁਛ ਨਹੀਂ ਸਾਡੇ ਘਰ ਸਭ ਕੁਛ ਹੈਗਾ ਹੁਣ ਤੂੰ ਦੂਜੇ ਪਾਸੇ ਹੋ ਗਈ ਆ ਮੇਰੀ ਗੱਲ ਸੁਣੋ ਪੁੱਤ ਵਾਲੇ ਤਾਂ ਕਹਿੰਦੇ ਹੀ ਹੁੰਦੇ ਆ ਵੀ ਸਾਨੂੰ ਕੁਛ ਨਹੀਂ ਚਾਹੀਦਾ ਧੀ ਵਾਲਿਆਂ ਨੂੰ ਆਪ ਹੀ ਚਾਹੀਦਾ ਵਾ ਵੀ ਥੋੜਾ ਬਹੁਤਾ ਨੱਕ ਆਪਣਾ ਵੀ ਬਣਾਉਣ ਉਹਨਾਂ ਨੇ ਤਾਂ ਆਪਣਾ ਵੀ ਲਾਤਾ ਤੇ ਸਾਡਾ ਵੀ ਲਵਾਤਾ ਰਮਨ ਤੈਨੂੰ ਇਹ ਗੱਲ ਤਾਂ ਪਤਾ ਨਾ ਵੀ ਉਹਦਾ ਮਾਂ ਪਿਓ ਹੈ ਨਹੀਂ ਕੁੜੀ ਦਾ ਚਾਚੇ ਨੇ ਤੇ ਵਿਆਹ ਕੀਤਾ ਤੇ ਉਹਨਾਂ ਲੈਣਾ ਦੇਣਾ ਕੀ ਉਹ ਤਾਂ ਤੁਹਾਡੀ ਗੱਲ ਠੀਕ ਵਾ ਚਾਚੇ ਨੇ ਕੀਤਾ ਵਾ ਕਿਤੇ ਨਾ ਕਿਸੇ ਦਾ ਨੋਂਗਾ ਅਸੀਂ ਕਿੰਨੇ ਕੁ ਜੀ ਹਾਂ ਘਰ ਦੇ ਜੀਆਂ ਦੇ ਤਾਂ ਕੱਪੜੇ ਦਿੰਦੇ ਨਾ ਬਾਹਰ ਤੇ ਚੱਲ ਕਿਸੇ ਦੇ ਨਹੀਂ ਹੀ ਦੇਣੇ ਘਰ ਦੇ ਜੀਆਂ ਦੇ ਵੀ ਕੱਪੜੇ ਬਣਾਉਣ ਜੋਗੇ ਨਹੀਂ ਹੋਏਗੇ ਇੰਨੇ ਹੀ ਰਹੇ ਸੀਗੇ ਰਮਨ ਜਿਵੇਂ ਇੰਨੇ ਜੋਗੇ ਹੁੰਦੇ ਤੇ ਫਿਰ ਉਹ ਵਿਚਾਰੇ ਚੁਣੀ ਚੜਾਈ ਕਰਦੇ ਜਾਓ ਪਰਾਂ ਤੁਸੀਂ ਵੀ ਨਾ ਮੇਰੀ ਗੱਲ ਸੁਣਿਓ ਇਹੋ ਲੋਕਾਂ ਦੀਆਂ ਸਾਈਡਾਂ ਲੈਂਦੇ ਰਹੋ ਹੱਦ ਹੋ ਗਈ ਤੁਹਾਡੇ ਵਾਲੀ ਵੀ ਰਮਨ ਜਿਹੜੇ ਕੰਮ ਤੂੰ ਚਾਹੁੰਦੀ ਮੈਨੂੰ ਸਾਰਾ ਪਤਾ ਪਰ ਉਹ ਕੰਮ ਨਹੀਂ ਹੈ ਜਿਹੜੇ ਹੁਣ ਬਣਨੇ ਤੇ ਉਹਨੂੰ ਹੁਣ ਵਿਆਹ ਕੇ ਲਿਆਂਦਾ ਤੂੰ ਉਹਨੂੰ ਧੀ ਬਣਾ ਕੇ ਰੱਖ ਮੈਨੂੰ ਤਾਂ ਬੜੇ ਆ ਗੱਲਾਂ ਸੁਣਾਉਣ ਦੇ ਇਹਦੇ ਕੋਈ ਗੱਲ ਨਹੀਂ ਬਣਾ ਲੂੰਗੀ ਧੀ ਵੀ ਤੁਹਾਡੇ ਵਾਲੀ ਵੀ ਹੱਦ ਹੀ ਹੋ ਗਈ ਆ ਤੁਹਾਨੂੰ ਗੱਲ ਦੱਸੀ ਤੇ ਤੁਸੀਂ ਹੋਰ ਗਾੜੀ ਚਾਰ ਮੈਨੂੰ ਸੁਣਾਉਣ ਡੈ ਪਏ ਜੇ ਘਰ ਵਿੱਚ ਹੀ ਘਰ ਦੇ ਹੀ ਗੱਲਾਂ ਕਰਨ ਡਏ ਆ ਜੀਵਨ ਮੈਨੂੰ ਲਾ ਲਾ ਕੇ ਕਹਿਣ ਡਈ ਫਲਾਣੇ ਦੇ ਮੁੰਡੇ ਦਾ ਵਿਆਹ ਹੋਇਆ ਇੰਨਾ ਸਮਾਨ ਆਇਆ ਇੰਨਾ ਸਮਾਨ ਆਇਆ ਉਹਨੂੰ ਕੀ ਜਵਾਬ ਦੇਵਾਂ ਮੈਂ ਰਮਨ ਤੂੰ ਲੋਕਾਂ ਦੀਆਂ ਰੀਸਾਂ ਨਾ ਕਰ ਉਹ ਜਿਹਨੇ ਜੋਗੇ ਹੈਗੇ ਸੀ ਉਹਨਾਂ ਸਭ ਕੁਛ ਕੀਤਾ ਤੇ ਜਾ ਉੱਠ ਕੇ ਜਾ ਕੇ ਆਪਣਾ ਕੰਮ ਕਰ ਮੈਂ ਤਾਂ ਕਿਹਾ ਤੁਹਾਡੇ ਨਾਲ ਗੱਲ ਕਰਦੀ ਹਾਂ ਪਰ ਤੁਸੀਂ ਵੀ ਮੇਰੀ ਨਾ ਕੋਈ ਗੱਲ ਸੁਣਿਆ ਨਾ ਕਰੋ ਉੱਤੋਂ ਮੈਨੂੰ ਗੱਲਾਂ ਕਰ ਗਈ ਆ ਮੰਮੀ ਲੱਗੇ ਨਾ ਉਦੋਂ ਉਹਦਾ ਬਹਿਣ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਜਦ ਤਾਂ ਬਾਹਰ ਹੀ ਬੈਠੀ ਆ ਗੱਲ ਕਰਨੀ ਹੈ ਮੰਮੀ ਤੁਸੀਂ ਇੱਥੇ ਬੈਠੀ ਆ ਹਾਂ ਇੱਥੇ ਬੈਠੀ ਆ ਮੈਂ ਤੁਹਾਨੂੰ ਉੱਧਰ ਵੇਖਣ ਨਹੀਂ ਮੈਂ ਸ਼ਾਇਦ ਉੱਧਰ ਬੈਠੇ ਹੋਣੇ ਆ ਕਿਤੇ ਨਹੀਂ ਮੈਂ ਇੱਥੇ ਆਣ ਕੇ ਬਹਿ ਗਈ ਤੇ ਨਾਲੇ ਅੰਮੀ ਉਹਦੇ ਮੈਂ ਕੱਪੜੇ ਪਾਏ ਨਾ ਕੋਠੇ ਸੁੱਕੜੇ ਉਹ ਵੀ ਮੈਂ ਜੋੜਦੀ ਆ ਤੇ ਜਿਹੜੇ ਪਹਿਲੇ ਪਏ ਉਹ ਵੀ ਜੋੜ ਕੇ ਮੈਂ ਸਾਰੇ ਰੱਖ ਆਈ ਆ ਚੱਲ ਚੰਗਾ ਕੀਤਾ ਆਹ ਸਾਰਾ ਕੰਮ ਸਾਂਭਾਈ ਆ ਤੇ ਹੋਰ ਕੋਈ ਹੈਗਾ ਕੋਈ ਦੱਸ ਦਿਓ ਨਹੀਂ ਨਹੀਂ ਹੋਰ ਕੰਮ ਤਾਂ ਨਹੀਂ ਕੋਈ ਵੀ ਹੈਗਾ ਤੇ ਮੈਂ ਤੇਰੇ ਨਾਲ ਨਾ ਇੱਕ ਗੱਲ ਕਰਨੀ ਆ ਹਾਂਜੀ ਦੱਸੋ ਪਰ ਮੈਂ ਗੁੱਸੇ ਨਾਲ ਨਹੀਂ ਕਰਨ ਲੱਗੀ ਮੈਂ ਉਦਾਂ ਹੀ ਆਪਣੀ ਧੀ ਸਮਝ ਕੇ ਤੇਰੇ ਨਾਲ ਗੱਲ ਕਰਨ ਲੱਗੀ ਆ ਹਾਂਜੀ ਅੰਮੀ ਦੱਸੋ ਮੈਂ ਤੁਹਾਡੀ ਧੀ ਆ ਕਰੋ ਗੱਲ ਜਿਹੜੀ ਕਰਨੀ ਆ ਪੁੱਤ ਨੌਂ ਧੀ ਦਾ ਨਾ ਉਹਨਾਂ ਚੀਜ਼ਾਂ ਤੇ ਹੱਕ ਹੁੰਦਾ ਵਾ ਜਿਹੜੀਆਂ ਉਹ ਪੇਕੇ ਘਰੋਂ ਲੈ ਕੇ ਆਉਂਦੀ ਆ ਤੇ ਵੇਖ ਕੱਲ ਨੂੰ ਜੋ ਬੰਦਾ ਵਿਆਹ ਹੋ ਗਿਆ ਉਹਦੇ ਘਰ ਦੀ ਦਾ ਸਮਾਨ ਆ ਗਿਆ ਉਹਨੇ ਲਿਆ ਕੇ ਆਪਣੇ ਅੰਦਰ ਰੱਖ ਲੈਣਾ ਵਾ ਫਿਰ ਤੂੰ ਕਿਹੜਾ ਸਮਾਨ ਵਰਤੇਂਗੀ ਮੈਨੂੰ ਤੇ ਵੇਖ ਵੇਖ ਕੇ ਨਾ ਹੌਲ ਪੈਂਦੇ ਆ ਵੀ ਮੁੜ ਕੇ ਤੂੰ ਕੀ ਕਰੇਂਗੀ ਤੇ ਮੰਮੀ ਤੇ ਜਿਹੜਾ ਘਰ ਦਾ ਸਮਾਨ ਆ ਬਾਕੀ ਚੀਜ਼ਾਂ ਉਹ ਕਿੰਨੇ ਵਰਤਣੀਆਂ ਮੈਂ ਹੀ ਵਰਤਣੀਆਂ ਨੇ ਹੈ ਤੇ ਗੱਲ ਤੇਰੀ ਠੀਕ ਆ ਪਰ ਪੁੱਤ ਅਸੀਂ ਅੱਧ ਦੇ ਭਾਈ ਵਾਲ ਆ ਸਾਨੂੰ ਸਾਰਾ ਸਮਾਨ ਨਹੀਂ ਗਾ ਮਿਲ ਜਾਣਾ ਅੱਧਾ ਜਿਹੜਾ ਘਰ ਦਾ ਵਾ ਉਹ ਵੀ ਉਹਨਾਂ ਨੂੰ ਆਉਣਾ ਵਾ ਸਾਰਾ ਥੋੜਾ ਸਾਨੂੰ ਆ ਜਾਣਾ ਵਾ ਤੇ ਮੰਮੀ ਫਿਰ ਕੀ ਜਿਹੜੀ ਚੀਜ਼ ਨਹੀਂ ਹੈਗੀ ਕਰੇ ਉਹ ਲਵਲੀ ਹੁਣਾਂ ਨੂੰ ਕਹਿ ਦੂੰਗਾ ਤੇ ਆਪੇ ਜਾ ਕੇ ਸ਼ਹਿਰੋਂ ਲੈ ਆਉਣਗੇ ਕਿਹੜੀਆਂ ਸ਼ਹਿਰੋਂ ਚੀਜ਼ਾਂ ਨਹੀਂ ਮਿਲਦੀਆਂ ਨਹੀਂ ਨਹੀਂ ਪੁੱਤ ਮੈਂ ਤਾਂ ਤੈਨੂੰ ਉਦਾਂ ਹੀ ਕਹਿਣ ਡਈ ਹਾਂ ਵੇਖ ਜਿੰਨੀਆਂ ਵੀ ਘਰ ਵਿੱਚ ਚੀਜ਼ਾਂ ਵਾ ਜੇ ਉਹ ਵੰਡੀਆਂ ਤਾਂ ਸਾਨੂੰ ਅੱਧ ਹੀ ਆਉਣਾ ਵਾ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਲ ਗਈਆਂ ਉਹ ਤੂੰ ਕਿੱਦਾਂ ਵਰਤ ਲਏਂਗੀ ਤੇ ਜੇ ਬਾਹਰੋਂ ਸ਼ਹਿਰੋਂ ਵੀ ਤੈਨੂੰ ਲਵਲੀ ਹੁਣੀ ਕੋਈ ਚੀਜ਼ ਲਿਆ ਦੇਣਗੇ ਉਹਦੇ ਵਿੱਚ ਵੀ ਸਾਡਾ ਅੱਧ ਹੀ ਆ ਉਹ ਸਾਰੀ ਚੀਜ਼ ਸਾਡੀ ਥੋੜਾ ਬਣ ਜਾਣੀ ਆ ਚਲੋ ਫਿਰ ਵੀ ਮੰਮੀ ਹੈ ਤਾਂ ਸਹੀ ਆ ਪਰ ਹੁਣ ਮੈਂ ਵੀ ਤਾਂ ਇੱਥੋਂ ਵਰਤਣੀ ਆ ਮੈਂ ਹੋਰ ਕਿੱਥੋਂ ਲੈ ਗਈਆਂ ਵਾਂ ਪੁੱਤ ਨੌਂ ਧੀ ਦਾ ਨਾ ਹੱਕ ਉਸੇ ਚੀਜ਼ ਤੇ ਹੀ ਹੁੰਦਾ ਵਾ ਜਿਹੜੀ ਉਹ ਪਿੱਛੋਂ ਲੈ ਕੇ ਆਉਂਦੀ ਆ ਤੂੰ ਮੇਰੀ ਗੱਲ ਸਮਝਣ ਨਹੀਂ ਡਈ ਪੁੱਤ ਮੈਂ ਤਾਂ ਤੈਨੂੰ ਤਾਂ ਕਹਿਣ ਡਈ ਹਾਂ ਵੀ ਤੇਰੀ ਵੀ ਇੱਜ਼ਤ ਮਾਣ ਘਰ ਵਿੱਚ ਬਣੀ ਰਹੂ ਤੇ ਤੇਰੇ ਨਾਲ ਮੇਰੀ ਵੀ ਬਣੀ ਰਹੂ ਫੇਰ ਇਹਦੀ ਨੌਂ ਦਾ ਵੀ ਕੋਈ ਸਮਾਨ ਆਇਆ ਵਾ ਗੁੱਸਾ ਨਾ ਕਰੀ ਤੂੰ ਆਪਣੇ ਭਰਾ ਨੂੰ ਫੋਨ ਕਰ ਹਾਂ ਉਹ ਹੀ ਇੱਕ ਦੋ ਚੀਜ਼ ਲੈ ਕੇ ਤੈਨੂੰ ਦੇ ਜਾਂਦਾ ਵਾ